जैरो आया था यार, ये अपनी डाइट का पूरा ध्यान रखता है, समय से डाइट रहता है, गलत टका रहे हैं जैरो। सेमी में क्वार्टर है ना, तो सेमी है क्वार्टर, क्वार्टर ये क्वार्टर वाले नंबर से गए, क्वार्टर मैच है भाई। शुरू हो यार, जीरो चार आया नहीं परिंदर भाई, यार आने वाले ही हो। ਲਵੀ ਦਿਲਸ਼ਾਦ ਤਲਵੰਡੀ ਦੀ ਵੀਰ ਯਾਦ ਕਰਦੇ, ਦਿਲਸ਼ਾਦ ਤਲਵੰਡੀ ਨੂੰ ਵੀਰ ਸਾਡੇ ਸਟੇਜ ਵਾਲੇ ਯਾਦ ਕਰਦੇ ਆ। ਲਓ ਢਾਬਾ ਵਾਲਾ ਕਹਿੰਦੇ ਸ਼ੇਰੂਆ ਨਾਲ ਜਿੰਦਰਾ ਨਾਲ ਗੁੱਪੀਆ, ਹੋ ਕਮਾਲ ਹੋਈ ਪਈ ਹੈ ਤੇ ਨਰੇਸ਼ ਛੜ ਕੇ ਖੇਡਦੇ ਆ ਨਾਲ ਵਿੱਕੀ ਆ, ਆਓ ਸਾਹਮਣੇ ਨਾਲ ਆਓ ਢਾਬਾ ਵਾਲਾ ਪਿਆ ਤੇ ਕਹਿੰਦੇ ਕਮਾਲ ਕਰੀ ਤੁਰਿਆ ਆਉਂਦਾ ਤੇ ਨੰਬਰ 80 ਲਾ ਲਈ ਬਈ, ਸ਼ੁਰੂਆਤ ਕੀ ਹੋਈ ਹੈ, ਇੱਕ ਨੰਬਰ ਹੋ ਗਿਆ ਰਾਏਕੋਟ ਦਾ ਤੇਰੇ ਇੱਧਰ ਖਾਤਾ ਜਿਹੜਾ शायद हैगी भाई चने वाले यार, हेलो बेनती है भी मेरी दिलशाद तलवंडी भी आने वीर साढ़े याद करते हैं, दिलशाद तलवंडी गुरलाल जैमल सिंह लावी खड़वाली वाले पिछले कई मेलों को बड़ा क्योटी का प्रदर्शन करते तुरे आने, बड़ी वीडी टक्कर है ग्राउंड नंबर एक के सामने, कहते अर्श मोटा रायकोट वाला ना चाहता भी है गलती कहते बंदी कर गया है भी, एक ना दे घर पुत पुता घर पुतरे ते एक ना दे घर धी धिया घर पुतरे एक ना दे घर एक प्यो की जाए मर, कौन आखे साहिब नू इंज नहीं इओं कर, कौन आखे साहिब नू इंज नहीं इओं कर। आओ सामने मुकाबले चोटी दे ने, इस तो बाद अपने को दो सैमी मैच ते एक जिहड़ा फाइनल मैच बाकी है, इधर दो नंबर ग्राउंड पे भी नजरगढ़ की टीम का पेचा कहते जोगिया की टीम से लपया होया है, एक पासे मुंडे राजस्थान वाले है, एक पासे मुंडे हरियाणे वाले, इधरले पासे पंजाब ते हरियाणे दी टीमां दी टक्कर है, उधर धौलमाजरा वाले मुंडे आओ कहते मेरे मित्रों सैनी जी सवाल वखरा नरेश है, आ मुंडे का माण किया जे कमेटी ने विक्की दियां कहते पालां च स्पीड बड़ी हुंदी है, ढाबा वाले आओ कली कली अख जी तेरे ते है भी आ मुंडे की फिटनेस जी लाजवाब है, आओ पले वाह तेरे चुबरा आते नंबर जरा सिरे का जोड़ दिता अपनी टीम के लिए, तरन किन्ने पॉइंट बना
तीन ते दो का मुकाबला जी तीन नंबर ने जेडे खरवाली रोहतक की टीम दे और दो नंबर है जेडे रायकोट की टीम दे तीन ते दो का मुकाबला एक पॉइंट का जेड़ा फर्क जेड़ा बाकी है मेरे मित्रों नंबर चौथा जोड़न लिए मुंडे तैयार बरत्यार ने यह है रायकोट का गोपी है और सामने कमाल का कहते नंबर मुंडे ने जोड़ दिता है अपनी टीम के लिए भी जिगरा दलेर पूरी थापे शिरडी वाते दे थापी है बापू आखदा है शेर सुखी लुपो लिखे साडी जान वाले किस्से ते पानी पग दे पेशाब वाल मोड़ दिंदे आ ओ मित्रां दी हिंद वी तदेन वर्गी है दंदे पक्कियां गरारियां दे ਭੋਰ ਦਿੰਦੇ ਆ ਮਿੱਤਰਾਂ ਦੀ ਹਿੰਡ ਵੀ ਲਦੇਣ ਵਰਗੀ ਹੈ ਦੰਦੇ ਪੱਕੀਆਂ ਔਰ ਗਰਾਰੀਆਂ ਦੇ ਭੋਰ ਦਿੰਦੇ ਆ ਮੈਨੂੰ ਲੱਗਦਾ ਚਾਰ ਤਿੰਨ ਹੋ ਗਏ ਨਾ ਚਾਰ ਤੇ ਤਿੰਨ ਦਾ ਮੁਕਾਬਲਾ ਗਰਵਾ ਕਰੀਦਾਰ ਚੱਲਦੇ ਮੈਚ ਦੀ ਬਾਈ ਜੀ ਮੇਰੀ ਬੇਨਤੀ ਹੈ ਚੈਨਲ ਸੁਖਵਿੰਦਰ ਨੂੰ ਉਹ ਵੀਰ ਜਿਹੜਾ ਆਪਣੇ ਲਾਈਵ ਕੋਲੇ ਪਹੁੰਚੇ ਮੇਰੀ ਬੇਨਤੀ ਹੈ ਸਾਡੇ ਭਰਾ ਨੂੰ ਇੱਧਰ ਜਿਹੜੀ ਖੇਡ ਖੇਡੀ ਜਾ ਰਹੀ ਹੈ ਇੱਕ ਵੱਡੀ ਟੱਕਰ ਮੇਰੇ ਮਿੱਤਰੋ ਰਾਏਕੋਟ ਦੀ ਟੀਮ ਦੇ ਖਿਡਾਰੀ ਜਿਹੜੇ ਉਹ ਤੂਫਾਨ ਬਣ ਕੇ ਉੱਠੇ ਹਨ ਤੇ ਇਹਨਾਂ ਨੇ ਵੱਡੇ ਵੱਡੇ ਜਿਹੜੇ ਪਰਦੇ ਪਾ ਦਿੱਤੇ ਆ ਪਰ ਸਾਹਮਣੇ ਮੇਰੇ ਮਿੱਤਰੋ ਹੈਪੀ ਗਲਤੀ ਕਰ ਗਿਆ ਗਰਾਊਂਡ ਦੇ ਵਿੱਚ ਮੈਚ ਬੜਾ ਜ਼ਾਨਦਾਰ ਗਰਾਊਂਡ ਦੇ ਅੰਦਰ ਜਿਹੜਾ ਖੇਡਿਆ ਜਾ ਰਿਹਾ ਵੱਡੀ ਟੱਕਰ ਮੇਰੇ ਮਿੱਤਰੋ ਅੱਜ ਦੇ ਇਸ ਵੱਡੇ ਮੇਲੇ ਦੇ ਉੱਤੇ ਨਾ ਕਦੇ ਸੱਜਣਾ ਨੂੰ ਇੰਜੋਇਮੈਂਟ ਲਈ ਹੀ ਸੁਣ ਮੇਰੀ ਗੱਲ ਤੂੰ ਜਰਾ ਠਹਿਰ ਜਾ ਜੇ ਕਮੈਂਟ ਨਾ ਕੇ ਹੋਏ ਤਾਂ ਮਾਫੀ ਚਾਹੁੰਦੇ ਆਂ ਕਿਉਂਕਿ ਥੋੜੀ ਜਿਹੀ ਰੈਸਟ ਕਰਨ ਪਾ ਗਈ ਬਾਈ ਕੈਮਰੇ ਸਾਹਮਣੇ ਆ ਜੀ ਰੈਕੋਰਡ ਦੀ ਟੀਮ ਬਾਈ ਨਾਲ ਢਾਬਾਲਾ ਸ਼ੇਰੂ ਖੇਡਦਾ ਦੂਜੇ ਪਾਸੇ ਟੀਮ ਮਹਾਨ ਖਿਡਾਰੀ ਜਿਹੜੀ ਖੜਵਾਲੀ ਹਰਿਆਣੇ ਦੀ ਆ ਜੀ ਘੋਲੂ ਖੇਡਦਾ ਉਹਨੂੰ ਦੁਨੀਆ ਵੇਖੀ ਘੋਲੂ ਆ ਮੁੰਡਾ ਦਾਦਰੀ ਵਾਲਾ ਵੀਰੇ ਜੋਗੀ ਵਾਲੀਆਂ ਵੀ ਕਮਾਲ ਕਰੀ ਤੁਰੇ ਆਉਂਦੇ ਨੇ ਜ਼ੂਮ ਘੱਟ ਕਰੀਏ ਥੋੜਾ ਜਿਹਾ ਬਾਈ ਜਿਹੜੇ ਕਈ ਜੋੜ ਦਿੱਤੇ ਆ ਲਾ ਵੀ ਸੁਖਦੀ 15 5 ਜਣਾ ਪੁਆਇੰਟ ਘੱਟ ਕਰੋ ਬਾਈ ਕਹਿੰਦਾ ਥੋੜਾ ਜਿਹਾ ਲਓ ਜੀ ਜ਼ੂਮ ਥੋੜਾ ਜਿਹਾ ਘਟਾ ਦਿੰਦੇ ਬਾਈ ਠੀਕ ਹੈ ਜੀ 15 ਤੋਂ 6 ਆ ਮੈਂ ਜਾਂ ਲਾਸਟ ਆ ਗਿਆ ਲਾਸਟ ਬੈਂਡ ਆ ਸੈਮੀ ਦੀਆਂ ਪੈਣੀਆਂ ਕੱਢਤੀਆਂ ਗੁਰਿੰਦਰ ਕਨੀ ਨਾਲ ਹੀ ਸੈਮੀ ਦੀਆਂ ਟਾਈਆਂ ਪੈਣੀਆਂ ਓਏ ਵੀਰੇ ਨੂੰ ਜ਼ਿੰਮੇਵਾਰੀ ਲਾਈ ਆ ਹਲੋ ਹੁਣ ਦੱਸਿਓ ਕਿਵੇਂ ਜੂਮ ਹੋੜਦਾ ਸਕਦਾ ਬਾਈ ਚੈਨਲ ਤੇ ਧਰਮਾ ਦਾ ਸਟੇਪ ਆ ਦੇ ਵੀਰੇ ਚੈਨਲ ਦੀ ਟੀਮ ਸੈਮੀ ਦਾ ਢੋਲ ਮਾਜਰੀ ਟੀਮ ਸੈਮੀ ਦਾ ਵੀਰੇ ਇੱਕ ਜੋਗੀ ਵਾਲਾ ਚਲੀ ਗਈ ਖਿਡਾਰੀ ਜਿਹੜੇ ਜੋਗੀ ਵਾਲਾ ਚਲੀ ਗਈ ਉਧਰ ਸੈਮੀ ਚ ਇੱਕ ਜੋਗੀ ਵਾਲਾ ਚਲੀ ਗਈ ਇੱਕ ਇਹਨਾਂ ਦੀ ਜੇਤੂ ਜਾਊ ਸੈਮੀ ਚ ਬਾਈ ਆਓ ਜੀ ਵੀਰੇ ਹੁਣ ਦੱਸਿਓ ਹੁਣ ਤਾਂ ਸਹੀ ਆ ਜੂਮ ਵੀਰੇ ਥੋੜਾ ਜਿਹਾ ਸਾਈਡ ਵਾਲੇ ਪਲੇਅਰ ਘੱਟ ਗਏ ਸੀ ਪਹਿਲਾਂ ਠੀਕ ਹੈ ਜੀ ਨਾਲ ਹੀ ਸੈਮੀ ਦੀਆਂ ਟਾਈਆਂ ਪੈਂਦੀਆਂ ਵੀਰੇ ਗੁਰੀ ਪੰਚਾਇਤ ਨੇ ਬੈਠੇ ਪਰੇ ਪੰਚਾਇਤ ਦੇ ਜੋਗੀ ਵਾਲਾ ਸੈਮੀ ਚ ਚੈਣੇ ਵਾਲਾ ਸੈਮੀ ਚ ਵੀਰੇ ਕਹਿੰਦੇ ਰੱਦੋ ਟਾਈਆਂ ਹਾਂ ਹਾਂ ਮੈਂ ਤਾਂ ਹੀ ਘੱਟ ਕਰਿਆ ਸਾਈਡ ਵਾਲੇ ਪਲੇਅਰ ਥੋੜੇ ਜਦੋਂ ਇਧਰੋਂ ਬਾਲ ਚੱਕਣ ਜਾਂਦੇ ਸੀ ਨਾ ਉਦੋਂ ਘੱਟ ਦਿੰਦੇ ਸੀ ਤਾਂ ਹੀ ਜੂਮ ਘੱਟ ਕਰਿਆ ਹੁਣ ਸੈੱਟ ਆ ਬਈ ਓਕੇ ਓਕੇ ਜਸ ਰੰਧਾਵਾ ਰਵੀ ਪੂਨੀਆ ਸਰਬਜੀਤ ਧੰਨਵਾਦ ਸਾਰੇ ਭਰਾਵਾਂ ਦਾ ਵੀਰੇ ਓਕੇ ਓਕੇ ਆ ਜੀ ਓਕੇ ਓਕੇ ਜੀ ਬਿਪਲ ਗਿੱਲ ਜੀ ਦਿਲਸ਼ਾਦ ਦਿਲਸ਼ਾਦ ਜੇ ਖੜਵਾਲੀ ਜਿੱਤੇ ਫੁੱਲ ਪਾਰਟੀ ਬਿਪਲ ਗਿੱਲ ਕੈਥਲ ਵੱਲੋਂ ਉਧਰ ਬਿਪਲ ਗਿੱਲ ਜੀ ਕੈਂਥਲ ਵਾਲੇ ਕਹਿ ਰਿਹਾ ਵੀ ਜੇ ਖੜਵਾਲੀ ਦੀ ਟੀਮਾਂ ਚੱਲਦੀ ਹੋਵੇ ਦੇ ਜੋ ਜਿੱਤੀ ਰਹਿੰਦੀ ਹੈ ਤੇ ਫੁੱਲ ਪਾਰਟੀ ਹੋਣੀ ਹੈ ਵੀਰ ਕਹਿੰਦੇ ਜੇ ਅਸੀਂ ਕੱਢ ਦੇ ਤਾਂ ਮੇਰਾ ਵੀਰ ਬਣ ਗਏ ਚੈਨਲ ਦਾ ਮੈਚ ਹੈ ਜੀ ਜਿਹੜਾ ਉਹ ਇੱਕ ਨੰਬਰ ਗਰਾਊਂਡ ਦੀ ਜਿੱਤ ਲਓ ਜੀ ਵੀਰੇ ਜਿਹੜੀ ਇਹਨਾਂ ਜੋ ਜਿੱਤ ਗਈ ਚੈਨਲ ਨਾਲ ਖੇਡੂ ਵੀਰੇ ਚੈਨਲ ਦਾ ਬਾਲ ਫਿੱਟ ਆ ਪੂਰਾ ਜਿਹੜੀ ਜਿੱਤ ਗਈ ਇਹਨਾਂ ਜੋ ਚੈਨਲ ਨਾਲ ਡਾ ਖੜਕਣੀ ਆ ਵੀਰੇ ਜਿੱਤ ਗਈ ਦੀ ਜੋਗੀ ਵਾਲਾ ਤੇ ਢੋਲ ਮਾਜਰੇ ਦਾ ਮੈਚ ਆਓ ਜੀ ਬਾਈ ਸੈਕਿੰਡ ਸੈਮੀ ਖੇਡਣ ਦੀ ਟੀਮ ਆਉਣ ਜੋਗੀ ਵਾਲਾ ਤੇ ਢੋਲ ਮਾਜਰੇ ਦਾ ਚੈਨਲ ਨਾਲ ਖੇਡੂ ਬਾਈ ਚੈਨਲ ਦੀ ਟੀਮ ਦਾ ਇੱਕ ਪਲੇਅਰ ਆ ਕੇ ਮੈਚ ਕਰਾਉ ਦੀ ਇਧਰ ਇੱਕ ਨੰਬਰ ਗਰਾਊਂਡ ਤੇ ਜਿਹੜੀ ਇਹਨਾਂ ਜੋ ਜਿੱਤ ਗਈ ਚੈਨਲ ਨਾਲ ਖੇਡੂ ਬਾਈ ਚੈਨਲ ਦੇ ਤੇ ਦੋਨੇ ਪਾਸੇ ਲਾ ਲਓ ਰੈਫਰੀ ਹੁਣ ਵੀਰੇ ਪਰਮੇ ਯਾਰ ਤੁਸੀਂ ਸਾਰਾ ਪਿੰਡ ਸੁੱਕਣਾ ਵਾਲੀਬਾਲ ਖੇਡਦਾ ਇੰਨੇ ਜਾਣੇ ਦੇਖ ਤੁਹਾਡੇ ਤੇ ਮਾਨ ਆ ਸੀ ਫੇਰੀ ਫੁੱਲ ਪਈ ਜਾਂਦੇ ਆ ਫੁੱਲ ਵੀਰੇ ਤੇ ਮਾਨ ਨਾ ਕਰੋ ਪੱਕੀ ਗੱਲ ਲੱਗੇ ਨੇ ਨਹੀਂ ਸਪੋਰਟ ਨਾਲ ਹੀ ਉਹ ਨਿਕਲਨੇ ਆ ਗਾ ਤੁਸੀਂ ਆਪਣੇ ਆਪ ਕਹਿਣਾ ਮੈਂ ਕਿਹਾ ਵੀ ਤੇਰੇ ਤੇ ਮਾਨ ਆ ਕਹਿੰਦਾ ਵੀ ਕਰੋ ਨਾ ਮਾਨ ਮੈਂ ਕਿਹਾ ਵੀ ਠੀਕ ਨਹੀਂ ਜਿਹੜੀ ਗੱਲ ਆ ਸੱਚ ਆ ਵੀਰੇ ਲਓ ਇੱਧਰ ਮੈਚ ਬੜਾ ਚੋਟੀ ਦਾ ਖੇਡਿਆ ਜਾ ਰਿਹਾ ਹੈ ਸ੍ਰੀ ਸ੍ਰੀ ਰਾਮਕੋਟ ਆ ਵੀਰੇ ਖੇਡ ਮੈਦਾਨ ਦੇ ਅੰਦਰ ਮੇਰੇ ਮਿੱਤਰੋ
टीम इधर रायकोट की एक वड्डी टीम है बाबे करा दी मैच मेरा वीर बन के बाबा भरा बन के करा दी मैं लै भी आ गए टीम की जोगियाल की टीम और धौल माजरा जोगियाल धौल माजरे दीम बेरे जल्दी आ जाए दो नंबर ग्राउंड के पहला सैमी है और धौल माजरा जेडे मुंडे रैफरी बैठे करे इन्होंने मेरा वीर बन के करो जी उन्होंने बेफरी उत्थे भी रैफरी चेंज कर दी जी ਬਾਈ ਰਵੀ ਸਖਤ ਹੋਇਆ ਪਿਆ ਉਧਰੋਂ ਪੂਣੀਆਂ ਕਹਿੰਦਾ ਜੇ ਰੈਫਰੀ ਨਹੀਂ ਆਉਂਦਾ ਟੀਮ ਕੱਟੋ ਬਸ ਕੱਟੋ ਵੀਰੇ ਮੈਂ ਫੇਲਟ ਕੀ ਜਾਂਦੇ ਸਿੱਧੀ ਜੀ ਗੱਲ ਕਿ ਹਾਂ ਬਾਈ ਕੋਈ ਗੱਲ ਨਹੀਂ ਰਵੀ ਵੀਰੇ ਕਰਾ ਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲਾਈ ਦੋ ਰੈਫਰੀ ਚੈਣੇ ਵਾਲ ਦੇ ਬੜਾ ਮੈਂ ਤੇ ਕਿਹਾ ਬਾਬਾ ਕਹਿੰਦਾ ਵੀ ਉੱਥੇ ਮੈਚ ਮੈਂ ਕਰਵਾ ਦੇਣਾ ਕੋਈ ਚੱਕਰ ਨਹੀਂ ਪਰ ਇਹਦੇ ਲਈ ਇੱਥੇ ਸੁਖਦੀਪ ਤੂੰ ਆਇਆ ਬਾਈ ਯਾਰ जेतू लाली दौलतपुर फाइनल खेडे 1100 लाली फौजी भरा साडा रब्बों वाला वीर जिहड़ा लाइव जुड़िया होया ओ वीर कहिंदा भी जे दौलतपुर वाला लाली अज फाइनल मैच खेडदा है ते भाई कहिंदा भी आपां 1100 देखो यार वीरे ब्लू टी शर्ट पाई यार मैच करा दो इधर भरा बन के तानू कहना भाई तुसी मैच करा दो गंगूरा वाले ਵੀਰ ਬਣ ਕੇ ਇੱਕ ਨੰਬਰ ਗਰਾਊਂਡ ਦੇ ਵਿੱਚ ਵੀਰੇ ਮੈਚ ਕਰਾ ਦੋ ਯਾਰ ਆ ਗਏ ਰੈਫਰੀ ਆ ਗਏ ਰਵੀ ਵੀਰੇ ਰੈਫਰੀ ਜਾਣੇ ਆ ਫੇਰ ਹੀ ਉਧਰ ਮੈਚ ਦੋ ਚ ਸ਼ੁਰੂ ਉਹ ਤਰਨਾ ਖੜਾ ਬੈਠਾ ਉਹ ਪਿੰਦਾ ਉਹਦਾ ਨਾ ਗਰਮੀਤ ਕਰਾ ਦੋ ਮੈਂ ਵਾਹ ਭਾਈ ਵਾਹ ਲਓ ਸਾਹਮਣੇ ਮੁੰਡੇ ਰਾਏਗੋਟ ਵਾਲੇ ਅੱਜ ਫੇਟਾ ਪੂਰੇ ਤਰਨ ਕਿੰਨੇ ਹੋ ਗਏ 65 ਦੱਸੀ ਮੇਰਾ ਵੀਰ ਉਧਰੋਂ ਉੱਪਲ ਰੇੜੀ ਮਾਟ ਵਾਲੇ ਕਹਿੰਦੇ ਗੋਪੀ ਦੇ ਜਿੰਦਰ ਦੀ ਸਿੰਗਲ ਹੈਂਡ ਆ ਜਿਹੜੀ ਉਹ 1100 ਦੇ ਵੱਡੇ ਮਾਨ ਕਰ ਦੇਗੇ ਭਾਈ ਗੰਗੋਰਾ ਨੇ ਦੇਖੋ ਵੀਰ ਬਣ ਕੇ ਸਾਰਾ ਪਿੰਡ ਸੁੱਕਣਾ ਵਾਲੀਬਾਲ ਖੇਡਦਾ ਗੁਰਤੇਜ ਅੱਜ ਗੁਰਤੇਜ ਹਰ ਇੱਕ ਨੰਬਰ 1100 ਦਾ ਆਣਾ ਰਾਏਕੋਟ ਵਾਲੇ ਦਾ ਉੱਪਲ ਰੇਡੀ ਮਾਟ ਵਾਲੇ ਮੇਰੇ ਜੀ ਭਾਈ ਜੀ ਮੇਰੀ ਬੇਨਤੀ ਹੈ ਜੀ ਗਰਾਊਂਡ ਨੰਬਰ ਜੋਗੀਵਾਲ ਦੀ ਟੀਮ ਦੇ ਢੌਲ ਮਾਜਰਾ ਵੀਰੇ ਆ ਜਾਓ ਗਰਾਊਂਡ ਨੰਬਰ 2 ਤੇ ਜੋਗੀਵਾਲ ਦੀ ਢੌਲ ਮਾਜਰਾ ਭਾਈ ਜੀ ਜੋਗੀਵਾਲ ਦੀ ਟੀਮ ਆ ਗਈ ਜਲਦੀ ਸੇ ਜੋਗੀਵਾਲ ਦੀ ਟੀਮ ਆ ਰਿਹਾ ਭਾਈ ਸਾਹਿਬ ਢੌਲ ਮਾਜਰਾ ਵਾਲੇ ਮੁੰਡੇ ਆ ਗਏ ਗਰਾਊਂਡ 'ਚ ठीक है भाई बहुत धन्यवाद कोच कितने पॉइंट कोच इधर देखी सजे खब्बे पासे कितने हो गए पॉइंट कोच दस ते 4 वड्डा फर्क है 11 हो गए 11 नंबर रायकोट की टीम के 4 पॉइंट जेड़े खड़वाली रोहतक की टीम के वड्डे फर्क के नाल मुंडे अगे वल नूं वधदे तुरे जांदे ने इधर ढौल माजरे की टीम आ गई है जोगी वाली मुंडे जल्दी आ जाए हेलो लवी मोटा बाल मेरे को आ गई बाबा कहना जिंदर ने फरा दे कहते कल अली ना कोच कहना कवाली जी कल सहारनपुर ने करा दी सी वी ओ ना करवा दी कदे ਆਸਟ੍ਰੇਲੀਆ ਨੇ ਕਹਿੰਦੇ ਵੱਡਾ ਥਾਪੜਾ ਲਾਇਆ ਟੀਮ ਦੇ ਮਾਣ ਬੜਾ ਕਰਦਾ ਹੈ ਮੋਟੇ ਦਾ ਮਾਣ ਜਿਹੜਾ 2100 ਨਾਲ ਕਰਨਾ ਹੈ ਨਾਲ ਹਨੀ ਆਸਟ੍ਰੇਲੀਆ
और नाल रवि है भरा साडा कनेडा वाला सारे साडे एनआरआई वीर जिहड़े मांग करदे आ मुंडिया दे इन्हां वीरां दा आपां देण नहीं दे सकदे भी पूरा गड्डे वांगू वाही दा शरीर नूं ते मेहनत करी दी रज के आओ भीगड़े ते लिपड़े ही मिली दा ते वीकेंड टावर कढ के पूरा गोली वांगू चलिया ए सुखना जदों दा खोटा सिक्का चलिया ते पिछे बैंक दा मैनेजर भी बापू नूं के पुत जट्टा किथे घल्लिया आओ पिछे बैंक दा मैनेजर भी बापू नूं के पुत जट्टा किथे घल्लिया उधरों बहुत वड्डा धन्नवाद टोनी नारवे दी आ है बहुत सत्कार दे जोग है बहुत बहुत मैं धन्नवाद करदा ते नाल कहिंदे गोपी दे सागर साहब भी आए हुए है ते नाल कोच साहब आए हुए आप चल के अज गल्लां कहिंदे टिकाणे है दशमेश बस वाले ਮੋਟਾ ਫਿਰ ਪਹਿਲੀ ਬੋਲਦੇ ਔਰ ਨਾਲ ਹੀ ਅੰਗਰੇਜ਼ ਆਸਟ੍ਰੇਲੀਆ ਤੋਂ ਰਵੀ ਕਨੇਡਾ ਉਹਨਾਂ ਭਰਾਵਾਂ ਦਾ ਸਾਨੂੰ ਬਹੁਤ ਵੱਡਾ ਯੋਗਦਾਨ ਹੈ ਜਿਹੜੇ ਇਸ ਖੇ ਟੂਰਨਾਮੈਂਟ ਦੇ ਲਈ ਹੈ ਵੱਡੇ ਯੋਗਦਾਨ ਸਾਡੇ ਵੀਰ ਦੱਸ ਰਹੇ ਆ ਵੀ ਵੱਡੇ ਜਿਹੜੇ ਮਾਣ ਭੇਜੇ ਆ ਜਿਹੜੀ ਇਹਨਾਂ ਦੇ ਜਿੱਤ ਕੀ ਰੈਕੋਰਡ ਨਾਲ ਖੇਡੂ ਵੀਰੇ ਉਹ ਚੈਣੇਵਾਲ ਨਾਲ ਸੌਰੀ ਨਾਲ ਹੀ ਨਜਬਗੜ ਦੀ ਟੀਮ ਦਾ ਸਾਡੇ ਕਲੱਬ ਦੇ ਵੱਲੋਂ ਵਿਸ਼ੇ ਤਰ ਦੇ ਧੰਨਵਾਦ ਕੀਤਾ ਜਾਂਦਾ ਹੈ ਤੈ ਦੋ ਮੈਂ ਧੰਨਵਾਦ ਕਰਦਾ ਬੜੀ ਵੱਡੀ ਦੂਰੀ ਤੈ ਕੀਤੀ ਅੱਜ ਦੇ ਇਸ ਖੇ ਟੂਰਨਾਮੈਂਟ ਦੇ ਲਈ ਹੈ ਉਹਨਾਂ ਵੀਰਾਂ ਦਾ ਵੀ ਆਪਾਂ ਤੈ ਦੋ ਧੰਨਵਾਦ ਔਰ ਸਵਾਗਤ ਕਰਾਂਗੇ ਜੋਗੀ ਵਾਲ ਦੀ ਟੀਮ ਵੀਰ ਜੀ ਆਖਰ ਆ ਪ੍ਰਬੰਧਕ ਵੀਰ ਨਿਸ਼ਾਨ ਤਾਂ ਦੇਖ ਲਾ ਮੇਰਾ ਵੀਰ ਮੁੜ ਕੇ ਇੱਕ ਮਿੰਟ ਦਾ ਟਾਈਮ ਦੇਣ ਲੱਗਿਆ ਫਿਰ ਬਾਅਦ ਚ ਸਾਡਾ ਵੀ ਦਿਲ ਨਹੀਂ ਕਰਦਾ ਸਾਨੂੰ ਨੀ ਪਤਾ ਮੈਚ ਤੁਹਾਡੇ ਲਗਾਤਾਰ ਲੱਗਿਆ ਤੁਹਾਡਾ ਜ਼ੋਰ ਲੱਗਿਆ ਹੋਇਆ ਵੀਰੇ ਪਰ ਵੀਰ ਬਣ ਗਏ ਯਾਰ ਮੈਚ ਖੇਡੋ ਦੋ ਨੰਬਰ ਗਰਾਊਂਡ ਤੇ ਨਹੀਂ ਆਪਣੀ ਮਰਜ਼ੀ ਨਾਲ ਕਰਾਉਣਗੇ 11-13 ਪੁਆਇੰਟਾਂ ਦਾ ਫਿਰ ਕੀ ਫਾਇਦਾ ਚੈਨਲ ਚ ਕੋਚ ਆ ਜੋਧਪੁਰੀ ਆ ਵੀਰੇ ਜੋਗੀ ਸਾਹਿਬ ਦੀ ਟੀਮ ਆ ਦੇ ਵੀਰੇ ਰਾਹੁਲ ਲਾ ਜਾਓ ਮੇਰਾ ਵੀਰ ਬਣ ਕੇ ਪੈਰਾਂ ਦਾ ਤਾਲਮੇਲ ਕਰੋ ਯਾਰ ਥੋੜਾ ਤੇਜ ਆਓ ਦੀ ਜਲਦੀ ਦੇ ਨਾਲ ਉਧਰੋਂ ਰਾਏਕੋਟ ਵਾਲੇ ਕਹਿੰਦੇ ਰਿਮੋਟ ਆ ਉਹ ਕਹਿੰਦਾ ਵੀ ਜੇ ਅੱਜ ਹੈਪੀ ਬਾਬਾ ਬੈਟ ਸ਼ੂਟਰ ਨਿਕਲਦਾ ਤੇ ਆਪਾਂ ਐਕਟਿਵਾ ਸਕੂਟਰੀ ਦੇ ਦੇਵਾਂਗੇ ਵੀ ਹੈਪੀ ਬਾਬਾ ਜਦੋਂ ਮੈਚ ਲਗਾਤਾਰ ਆ ਗਿਆ ਮੁੰਡਿਆਂ ਦੇ ਬਾਈ ਤੇ ਕਹਿੰਦਾ ਥੋੜਾ ਜਿਹਾ ਦੇਖਣਾ ਪੈਂਦਾ ਨਾ ਐਕਟਿਵਾ ਸਕੂਟਰੀ ਦੇ ਦੇਵਾਂਗੇ ਤੇ ਨਾਲ ਵੀ ਕੋਈ ਨਹੀਂ ਆਉਂਦੇ ਮੁੰਡੇ 3-4 ਮੈਚ ਆ ਗਏ ਉਹਨਾਂ ਦੇ ਬੈਟ ਮੈਚ ਸ਼ੂਟਰ ਨਿਕਲ ਗਿਆ ਨਾ ਥੋੜਾ ਜਿਹਾ ਸੋਚਣਾ ਪੈਂਦਾ ਵੀ ਕਹਿੰਦਾ ਵੀ ਆਪਾਂ ਤੈਨੂੰ ਬੈਟਰੀ ਵਾਲੀ ਸਕੂਟਰੀ ਦੇ ਦੇਵਾਂਗੇ ਵਰਮਾ ਫੜੀ ਬਾਲ ਮੇਰਾ ਵੀਰ ਬਣ ਕੇ ਜੋਗੀ ਆ ਜੋ ਆ ਜੋ ਮੇਰਾ ਵੀਰ ਬਣ ਕੇ ਲਾਸਟ ਗਾਲਾ ਜੋਗੀ ਵਰਗੇ ਮੁੰਡਿਆਂ ਨੂੰ ਮੇਰੀ ਬੇਨਤੀ ਹੈ ਜੀ ਰਾਹੁਲ ਖੜੇ ਮੁੰਡੇ ਕਮੇਟੀ ਵਾਲੇ ਮੇਰੇ ਕੋਲ ਮੇਰਾ ਵੀਰ ਬਣ ਕੇ ਸਾਨੂੰ ਵਾਰ ਵਾਰ ਕਹਿ ਰਹੇ ਯਾਰ ਖੇਡ ਲੋ ਮੈਚ ਮੇਰਾ ਵੀਰ ਟਾਸ ਕਰ ਲੋ ਪਹਿਲਾਂ ਮੇਰਾ ਵੀਰ ਬਾਈ ਜੀ ਟਾਸ ਕਰ ਲੋ ਮੇਰੀ ਬੇਨਤੀ ਹੈ ਗਰਾਊਂਡ ਨੰਬਰ 2 ਦੇ ਵਿੱਚ ਟਾਸ ਕਰੋ ਮੇਰਾ ਵੀਰ ਦੱਸੋ ਕੀ ਹੈ ਡਿਸੀਜਨ ਜਿਹੜੇ ਰਹਿੰਦੇ ਆ ਵੀਰੇ ਮੁੰਡੇ ਜੋਗੀ ਵਾਲੀ ਇਹ ਜਲਦੀ ਆ ਜਾਓ ਜਿਹੜੇ ਰਹਿੰਦੇ ਆ ਮੁੰਡੇ ਵੀਰੇ ਉਹਨਾਂ ਦੇ ਲਈ 1 ਮਿੰਟ ਦਾ ਟਾਈਮ ਆ ਨਹੀਂ ਜਿੰਨੇ ਪਲੇਅਰ ਆ ਗਏ ਤੇ ਵੀਰੇ ਮੈਚ ਅਸੀਂ ਸ਼ੁਰੂ ਕਰ ਦਾਂਗੇ ਪ੍ਰਬੰਧਕ ਵੀਰ ਕਹਿੰਦੇ ਆ ਜੀ 1:34 ਦੇ ਵੀਰ ਕਹਿੰਦੇ ਮੈਚ ਆਪਾਂ ਵੀਰੇ ਸ਼ੁਰੂ ਕਰਾ ਦੇਣਾ ਭਾਵੇਂ ਕੋਈ ਪਲੇਅਰ ਆਵੇ ਭਾਵੇਂ ਨਾ ਆਵੇ ਜੀ ਇਹ ਜੋਗੀ ਵਾਲੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ ਜਿਹੜੇ ਖਿਡਾਰੀ ਹਾਲੇ ਵੀ ਨਹੀਂ ਪਹੁੰਚੇ ਉਹ ਆ ਜਾਓ ਮੇਰੇ ਭਰਾ ਬਣ ਗਏ ਇੱਧਰ ਢਾਬਾ ਵਾਲਾ ਕਹਿੰਦੇ ਸ਼ੇਰੂ ਨੰਬਰ ਰਾਏਕੋਟ ਦੀ ਟੀਮ ਦੇ ਲਈ ਇੱਕ ਜਿਹੜਾ ਹੋਰ ਜੋੜ ਗਿਆ ਆਓ ਚੋਪਰ ਨੇ ਕਹਿੰਦੇ ਕਮਾਲ ਕਰ ਦਿੱਤੀ ਹੈ ਖੇਡ ਦੇ ਮੈਦਾਨ ਦੇ ਵਿੱਚ ਬੜੇ ਚੋਟੀ ਦੇ ਮੈਚ ਖੇਡੇ ਜਾ ਰਹੇ ਨੇ ਲਾਸਟ ਆ ਗਿਆ ਜੀ ਨੰਬਰ ਇੱਧਰ ਆਰੋ ਦੀ ਚੈਨਲ ਦੀ ਟੀਮ ਆ ਰਹੇ ਗਰਾਊਂਡ ਦੇ ਲਾਗੇ ਚੈਨਲ ਚੈਨਲ ਦੇ ਮੁੰਡੇ ਆਓ ਜੀ ਜਲਦੀ ਨਾਲ ਚੈਨਲ ਵਾਲੀਏ ਮੁੰਡੇ ਆ ਜਾਓ ਮੇਰਾ ਵੀਰ ਲੈ ਵੀ ਚੈਨਲ ਵਾਲੀਏ ਮੁੰਡੇ ਜੀ ਆ ਜਾਓ ਜੋਗੀ ਵਾਲੀਏ ਮੁੰਡੇ ਵੀ ਜਿਹੜੇ ਰਹਿੰਦੇ ਆ ਵੀਰੇ ਆ ਜਾਓ ਮੈਚ ਖੇਡਣ ਦੇ ਲਈ ਬੇਨਤੀ ਹੈ ਮੇਰੀ ਮੇਰਾ ਵੀਰ ਬਣ ਕੇ
ਬਾਈ ਜੀ 30 ਸਕਿੰਟ ਹੀ ਬਾਕੀ ਰਹਿ ਗਏ ਜੀ ਟਾਸ ਕਰ ਲਓ ਦੱਸੋ ਕੀ ਹੈ ਰਸੀਜਨ ਚੈਨੇ ਵਾਲਾ ਮੈਚ ਨਹੀਂ ਜੇਤੂ ਨਾਲ ਵੀਰੇ ਇਧਰ ਮੈਂ ਜੋ ਸਮਾਪਤਾ ਜੀ ਲਓ ਜੀ ਸਿੰਘ ਵਰਗੇ ਜਿੱਤ ਕੇ ਰੈਕੋਰਡ ਜਿੱਤ ਕੇ ਵੀਰੇ ਦਾ ਮੈਚ ਚੈਨੇ ਵਾਲਾ ਹੋਣਾ ਵੀਰੇ ਰਾਏਕੋਟ ਦੀ ਟੀਮ ਦਾ ਮੈਚ ਮੈਂਟੀ ਸ਼ਰਮਾ ਕਲੱਬ ਚੈਨੇ ਵਾਲ ਦੀ ਟੀਮ ਦੇ ਨਾਲ ਖੇਡਿਆ ਜਾਣਾ ਹੈ ਇਹ ਵੀ ਟੀਮਾਂ ਦੇ ਖਿਡਾਰੀ ਵੀਰ ਹੁਣ ਰੈਕੋਰਡ ਤੇ ਚੈਨੇ ਵਾਲੇ ਖੜ ਕੇ ਬੈਣਗੇ ਵੀਰੇ ਬੋਟੇ 1 ਮਿੰਟ ਦਾ ਟਾਈਮ ਹੀ ਹੈ ਮੇਰਾ ਵੀਰ ਬਣ ਕੇ ਗਰਾਊਂਡ 'ਚ ਖੜ ਜਾਓ ਮੈਂ ਤਾਂ ਕਹਿੰਦਾ ਤੁਸੀਂ ਬੋਟੇ ਲਓ ਮੈਚ ਸ਼ੇਰੂ ਵੀ ਖੜ ਗਿਆ ਖੇਡੋ ਮੇਰਾ ਵੀਰ ਮੈਂ ਤੈਨੂੰ ਪਹਿਲਾਂ ਕਿਹਾ ਆਓ ਜੀ ਚੈਨੇ ਵਾਲ ਦੀ ਬੀਮਾਰ ਹੈ ਜਲਦੀ ਨਾ ਵੀਰੇ ਚੈਨੇ ਵਾਲ ਗਰਾਊਂਡ 'ਚ ਹੀ ਆ ਵੀਰੇ ਹੁਣੀ ਮੈਚ ਸਟਾਰਟ ਹੋਊਗਾ ਜੀ ਇੱਧਰ ਮੈਚ ਕਰਾਓ ਵੀਰ ਬਣ ਕੇ ਦੋ 'ਚ ਜਾਣੇ ਹੁਣ ਤੁਸੀਂ ਐਂ ਕੜ ਕਰਦੇ ਹੋ ਵੀਰ ਬਣ ਗਿਆ ਮੈਚ ਕਰਾ ਜਾਓ ਸੋਹਣੇ ਭਰਾ ਬਣ ਕੇ ਗੰਗੋਰਾਂ ਵਾਲਿਓ ਇੱਕ ਮੈਚ ਆ ਜੀ ਰਮਨ ਸਰਪੰਚ ਬਾਈ ਸਾਹਿਬ ਕਰਵਾ ਦਿਓ ਮੈਚ ਇਹ ਬਾਈ